ਕਿਸਾਨ ਦੋਸਤੋ ਭਾਰਤੀ ਮੌਸਮੀ ਭਾਗ ਦੀ ਸਹਾਇਤਾ ਦੇ ਨਾਲ 5 ਨਵੰਬਰ 2022 ਤੱਕ ਦੇ ਮੌਸਮ ਦੇ ਬਾਰੇ ਆਪ ਇਸ ਵੀਡੀਓ ਚ ਗੱਲ ਕਰਦੇ ਹਾਂ ਦੋ ਪੱਛਮੀ ਡਿਸਟਰਬੈਂਸ ਨੇ ਜਿਹਦੇ ਕਰਕੇ ਪਹਾੜਾਂ ਤੇ ਚੰਗੀ ਬਰਫ ਬਾਰੀ ਹੈ ਪਹਿਲਾ ਪੱਛਮੀ ਡਿਸਟਰਬੈਂਸ ਇਹ ਦੇਖੋ ਉੱਪਰ ਹੈ ਦੂਸਰਾ ਪਿੱਛੇ ਆ ਰਿਹਾ ਹੈ ਜਿਹੜਾ ਦੂਸਰਾ ਪੱਛਮੀ ਡਿਸਟਰਬੈਂਸ ਹੈ ਐ ਸੀਜ਼ਨ ਦਾ ਪਹਿਲਾ ਸਭ ਤੋਂ ਤਕੜਾ ਪੱਛਮੀ ਡਿਸਟਰਬੈਂਸ ਹੋਏਗਾ ਮੱਕੇ ਇੱਕ ਤਕੜਾ ਸਿਸਟਮ ਹੋਏਗਾ ਇਸ ਸੀਜ਼ਨ ਦਾ ਪਹਿਲਾ ਜਿਹਦਾ ਕਰਕੇ 6 7 8 9 ਨਵੰਬਰ 2022 ਦੇ ਦਰਮਿਆਨ ਕੁਝ ਹਰਕੇ ਦੇ ਵਿੱਚ ਵਰਖਾ ਹੋ ਸਕਦੀ ਹੈ ਪਹਿਲਾਂ ਆਪਾਂ 5 ਨਵੰਬਰ ਤੱਕ ਦਾ ਮੌਸਮ ਦੇਖ ਲਈਏ 5 ਨਵੰਬਰ 2022 ਤੱਕ ਸਾਰਾ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਠੀਕ ਹੈ ਇਸ ਸਮੇਂ ਇਕਾ ਦੁਕਾ ਤਰਾਇ ਦੇ ਏਰੀਆ ਚ ਹੋ ਸਕਦਾ ਵਰਖਾ ਹੋ ਸਕਦੇ ਦੀ ਸਕੇ ਪਰantu ਬਾਕੀ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਭਾਰਤੀ ਮੌਸਮੀ ਭਾਗ ਦਾ ਜੋ ਵੈਦਰ ਫੋਰਕਾਸਟ ਬਲਟਨ ਹੈ ਇਹ ਵੀ ਸਾਫ ਤੇ ਸਪਸ਼ਟ ਕਰਦਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੱਛਮੀ ਰਾਜਸਥਾਨ ਸਾਰਾ ਏਰੀਆ ਖੁਸ਼ਕ ਹੈ ਪਰੰਤੂ ਹਿਮਾਚਲ ਅਤੇ ਜੰਮੂ 5 ਤਰੀਕ ਦੇ ਨੇੜੇ ਇੱਥੇ ਜਿਹੜਾ ਹੈਗਾ ਜਾਂ ਨਵਾਂ ਸਿਸਟਮ ਹੈ ਉਹ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦੇਵੇਗਾ ਠੀਕ ਹੈ ਹੁਣ ਆਪਾਂ 5 ਤੋਂ ਬਾਅਦ ਵਾਲੇ ਸਿਸਟਮ ਦੀ ਗੱਲ ਕਰਦੇ ਹਾਂ ਇਹ 5 ਤੱਕ ਭਾਵੇਂ ਕਿ ਨਾਲ ਤੁਹਾਡਿਆ ਸਕਰੀਨ ਚੱਲ ਰਹੀ ਹੋਏਗੀ ਇਹ ਪੰਜਾਬ ਚੰਡੀਗੜ੍ਹ ਹਰਿਆਣਾ ਜਾਂ ਫਿਰ ਤੁਸੀਂ ਰਾਜਸਥਾਨ ਦੇਖੋਗੇ ਫਿਰ ਜੰਮੂ ਦੇਖੋਗੇ ਜਾਂ ਫਿਰ ਉੱਤਰ ਪ੍ਰਦੇਸ਼ ਐ ਸਮੇਂ ਤੱਕ ਇਹ ਸਾਰਾ ਏਰੀਆ ਖੁਸ਼ਕ ਹੈ ਕੋਈ ਸਾਨੂੰ ਇਹਦੇ ਬਾਰੇ ਬਹੁਤੀ ਗੱਲ ਕਰਨ ਦੀ ਇਸ ਸਮੇਂ ਜ਼ਰੂਰਤ ਨਹੀਂ ਹੈਗੀ ਕਿ ਕਿਵੇਂ ਹੈਗਾ ਕਿਉਂਕਿ ਨਾ ਹੀ ਤਾਂ ਕੋਈ ਪੰਜ ਤੱਕ ਵਾਰਨਿੰਗ ਹੈ ਤੇ ਨਾ ਹੀ ਜਿਹੜਾ ਹੈਗਾ ਕਿਸੇ ਕੰਨੀ ਸੰਭਾਵਨਾ ਹੈ ਹਾਂ ਜੰਮੂ ਦੇ ਵਾਹ ਜ਼ਰੂਰ ਹੈ ਕਿ ਪੰਜ ਛੇ ਨੂੰ ਨਵੇਂ ਸਿਸਟਮ ਦੇ ਕਰਕੇ ਇਕਾਦੁਕਾ ਥਾਵਾਂ ਤੇ ਜਿਹੜੀ ਵਰਖਾ ਦੀ ਹਲਚਲ ਹੈ ਉਹ ਸ਼ੁਰੂ ਹੋ ਜੇਗੀ ਤਾਪਮਨ ਠੀਕ ਹੈ ਕਿਉਂਕਿ ਬਰਫ਼ ਪੈ ਜਾਏਗੀ ਅੱਗੇ ਮੀਂਹ ਪੈ ਜਾਏਗਾ ਤੇ ਉਹਦੇ ਕਰਕੇ 8-9 ਤੋਂ ਫਿਰ ਇੱਕਦਮ ਤਾਪਮਨ ਡੈਗ ਪੈਣਗੇ ਹੁਣ ਇੱਥੇ ਬਹੁਤ ਸਾਰੇ ਕਿਸਾਨ ਵੀ ਕਹਿਣਗੇ ਕਿ ਪੱਕਾ ਦੇਖੋ ਪੱਕਾ ਇਸ ਵਰਖਾ ਦਾ ਕੁਝ ਨਹੀਂ ਹੈਗਾ ਜਿਹੜੀ 6 7 8 9 ਦੇ ਦਰਮਿਆਨ ਹੈ ਮੱਕੇ ਮੇਨ ਦੇ ਨਾਲ 8 ਹੈ 8 ਨਵੰਬਰ ਮੇਨ ਹੈ ਵਰਖਾ ਦਾ 8 ਪੱਕਾ ਕੁਝ ਨਹੀਂ ਹੈਗਾ ਕਿਉਂਕਿ ਇਹ ਟੁਕੜਿਆਂ ਵਿੱਚ ਹੋਣ ਵਾਲੀ ਵਰਖਾ ਹੈ ਕਿ ਕਿੱਥੇ-ਕਿੱਥੇ ਹੋਏਗੀ ਬਾਕੀ ਭਾਰਤੀ ਮੌਸਮ ਪਾਕ ਅਜੇ ਇੱਥੇ ਡਿਟੇਲ ਜਾਣਕਾਰੀ ਜਾਰੀ ਕਰੇਗਾ ਠੀਕ ਉਸ ਤੋਂ ਪਹਿਲਾਂ ਆਪਾਂ ਪਹਿਲਾਂ ਮੌਜੂਦਾ ਸਿਸਟਮ ਦੇਖੀਏ ਕਿ ਮੌਜੂਦਾ ਸਿਸਟਮ ਕਰਕੇ ਇਹ ਉੱਪਰਲੇ ਪਾਸੇ ਜੋ ਨੀਲਾ ਰੰਗ ਹੈ ਇੱਥੇ ਵਰਖਾ ਹੋ ਰਹੀ ਹੈ ਪਹਾੜਾਂ ਤੋਂ ਬਰ ਪੈ ਰਹੀ ਹੈ ਪੱਛਮ ਦੇ ਉੱਪਰ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣੀ ਹੋਈ ਹੈ ਇਹਦੇ ਕਰਕੇ ਕੀ ਹੋ ਰਿਹਾ ਕਿ ਹਵਾ ਜਿਹੜੀ ਪੂਰਬ ਤੋਂ ਪੱਛਮ ਵਾਲੇ ਪਾਸੇ ਨੂੰ ਆਣੀ ਸ਼ੁਰੂ ਹੋ ਗਈ ਜਿਹਦਾ ਕਰਕੇ ਹੁਣ ਕੀ ਹੋਏਗਾ ਕਿ ਪ੍ਰਦੂਸ਼ਣ ਜਿਹੜਾ ਹੈਗਾ ਵਾਪਸ ਇਧਰ ਪਏ ਧੂਆਂ ਜਿਹੜਾ ਹੈਗਾ ਦਿੱਲੀ ਵਾਲਾ ਵੀ ਇਧਰ ਨੂੰ ਪਛਾਣ ਨੂੰ ਮੁੜਨਾ ਸ਼ੁਰੂ ਹੋਇਆ ਹਵਾ ਦੀ ਗਤੀ ਘਟਾਉਣ ਕਰਕੇ ਉੱਪਰ ਬੱਦਲ ਔਣ ਕਰਕੇ ਧੂਆਂ ਤੇ ਬੱਦਲ ਤੇ ਨਮੀ ਮਿਲ ਕੇ ਸਮੋਗ ਬਣਾਉਣਗੇ ਹੋ ਸਕਦਾ 3:30 ਵਜੇ ਤੋਂ ਬਾਅਦ ਤੁਹਾਨੂੰ ਸੂਰਜ ਦਿਖਾਈ ਨਾ ਦੇਵੇ ਤੇ ਆਪਾਂ ਕਹਾਂਗੇ ਧੂਆਂ ਧਾਰ ਹੋ ਗਿਆ ਮੱਕੇ ਧੂਆਂ ਨਹੀਂ ਹੋਇਆ ਅਸਲ ਦੇ ਵਿੱਚ ਕੀ ਹੈ ਕਿ ਹਵਾ ਦੀ ਦਿੱਕਤ ਹੋ ਗਈ ਕਿ ਹਵਾ ਦੀ ਮੂਵਮੈਂਟ ਰੁਕ ਗਈ ਹੈ ਜਿਹਦੇ ਕਰਕੇ ਇੱਕਦਮ ਜਿਹੜਾ ਹੈਗਾ ਸਮੋਗ ਬਣ ਦੀ ਦਿੱਕਤ ਆ ਜਾਵੇਗੀ ਇਹ ਪ੍ਰੋਬਲਮ ਰਹੂਗੀ ਉਸ ਤੋਂ ਬਾਅਦ ਫੇਰ ਮਾੜਾ ਖੁੱਲੇਗਾ ਜਿਹੜੀ ਤੁਹਾਡੀ 6 7 8 9 ਦੇ ਦਰਮਿਆਨ ਕੁਝ ਏਰੀਆ ਚ ਵਰਖਾ ਹੋਣੀ ਹੈ ਹੁਣ ਉਹਦੇ ਨਾਲ ਕੁਝ ਰਾਹਤ ਮਿਲੇਗੀ ਪਰantu ਇਹ ਨਹੀਂ ਹੈਗਾ ਕਿ ਉਹ ਕਿਉਂਕਿ ਟੁਕੜਿਆਂ 'ਚ ਵਰਖਾ ਹੈ ਓਵਰ ਆਲ ਸਾਰਾ ਏਰੀਆ ਕਵਰ ਨਹੀਂ ਕਰੇਗੀ ਉਹ ਤੁਸੀਂ ਇਹ ਧਿਆਨ ਰੱਖਿਓ ਜੋ ਠੀਕ ਹੈ ਤਾਂ ਹੁਣ ਇਹ ਤਾਂ ਅਲੱਗ-ਅਲੱਗ ਸਿਸਟਮ ਆਪਾਂ ਤਿੰਨ ਸਿਸਟਮ ਦੇਖਦੇ ਹਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਅਗਲਾ ਸਿਸਟਮ ਹੈ ਉਹਦੇ ਵਿੱਚ ਪੰਜਾਬ ਦੇ ਉੱਪਰ ਸਾਈਕਲੋਨਿਕ ਸਰਕੂਲੇਸ਼ਨ ਬਣ ਸਕਦੀ ਹੈ ਜੇ ਪੰਜਾਬ ਦੇ ਉੱਤੇ ਸਾਈਕਲੋਨਿਕ ਸਰਕੂਲੇਸ਼ਨ ਬਣ ਜਾਂਦੀ ਹੈ ਤਾਂ ਫਿਰ ਇਹ ਆਪਣਾ ਗੰਗਾ ਨਗਰ ਹਰਮਾਨਗੜ੍ਹ ਤੋਂ ਲੈ ਕੇ ਸਰਸਾ ਹਸਾਰ ਤੋਂ ਹੁੰਦੇ ਹੋਏ ਉੱਪਰ ਨੂੰ ਸਾਰਾ ਏਰੀਆ ਜਿਹੜਾ ਹੈਗਾ ਵਰਖਾ ਕਰ ਸਕਦਾ ਠੀਕ ਹੈ ਤਾਂ ਇਹ ਸੰਭਾਵਨਾ ਹੈ ਪਰੰਤੂ ਉਹ ਜਿਹੜੀ ਵਰਖਾ ਮੈਂ ਫਿਰ ਕਹਨਾ ਕਿ ਇੱਕ ਸ਼ੀਟ ਦੀ ਤਰ੍ਹਾਂ ਨਹੀਂ ਹੋਏਗੀ ਸਾਰਾ ਏਰੀਆ ਕਵਰ ਕਰ ਜੇ ਟੁਕੜਿਆਂ ਦੇ ਵਿੱਚ ਵਰਖਾ ਹੋਏਗੀ ਤਾਂ ਇਹਰੇ ਤੇ ਤਿੰਨ ਮਾਡਲ ਆਪਾਂ ਦੇਖਦੇ ਹਾਂ ਉਹ ਕੀ ਕਹਿੰਦੇ ਐ ਕਿਉਂਕਿ ਹਜੇ ਤੀਕਾ ਜ਼ਿਲ੍ਹਾ ਵਾਰ ਕੋਈ ਡਾਟਾ ਭਾਰਤੀ ਮੌਸਮ ਵਿਭਾਗ ਨੇ ਨਹੀਂ ਜਾਰੀ ਕੀਤਾ ਕਿ ਮੈਂ ਦੱਸ ਦੇਵਾਂਗੇ ਫਲਾਨੀ ਫਲਾਨੀ ਜਗ੍ਹਾ ਤੇ ਮੀਂਹ ਪਏਗਾ ਠੀਕ ਹੁਣ ਇਹ ਦੇਖੋ ਇਹ ਇੱਕ ਇਹ ਕਿਨੜਾ ਨੰਮਰੀਕਲ ਮਾਡਲ ਹੈ ਜਿਹਦੇ ਅਨੁਸਾਰ 4 ਤਰੀਕ ਨੂੰ ਸਾਰਾ ਏਰੀਆ ਸਾਫ਼ ਹੈ 5 ਨਵੰਬਰ 2022 ਨੂੰ ਪਾਕਿਸਤਾਨ ਦੇ ਕੁਝ ਹਿੱਸਿਆਂ ਦੇ ਉੱਪਰ ਵਰਖਾ ਆ ਗਈ ਹੈ ਪਹਾੜਾਂ ਦੇ ਉੱਪਰ ਵਰਖਾ ਇਹ ਆ ਗਈ ਹੈ ਜਿਵੇਂ ਤੁਸੀਂ 6 ਨਵੰਬਰ ਨੂੰ ਜਾਣੇ ਹੋ ਤਾਂ 6 ਨਵੰਬਰ ਨੂੰ ਇਹ ਦਿਖਾਉਂਦੇ ਆ ਕਿ ਆਹ ਇੱਕ ਲਾਈਨ ਜਾਂਦੀ ਹੈ ਪੀਲਾ ਮਤਲਬ ਕਿ ਵਰਖਾ ਹਲਕੀ ਹੈ ਗਾਹ ਨੂੰ ਵਰਖਾ ਵਧੇਗੀ ਹਰਾ ਮਤਲਬ ਕਿ ਹਲਕੀ ਤੋਂ ਭੌਰਾ ਵੱਧ ਵਰਖਾ ਹੋਣ ਦੀ ਸੰਭਾਵਨਾ ਹੈ ਭਾਰੀ ਪੂਰੀ ਵਰਖਾ ਹੋਣੀ ਕਿਤੇ ਇਹ ਠੀਕ ਹੈ ਜਦੋਂ ਤੁਸੀਂ ਹਣ ਸੱਤ ਨੂੰ ਜਾਣੇ ਹੋ ਤੇ ਸੱਤ ਨੂੰ ਜਾ ਕੇ ਜਿਹੜਾ ਹੈਗਾ ਫਿਰ ਵਰਖਾ ਕੁਝ ਹੋਰ ਏਰੀਆ ਕਵਰ ਕਰਦੀ ਹੈ ਅਸਲ ਦੇ ਵਿੱਚ ਮੁੱਖ ਤਾਂ ਦਿਨ 8 ਈ ਤਰੀਕ ਹੈ ਨਾ ਕਿ 8 ਨਵੰਬਰ ਮੁੱਖ ਦਿਨ ਮੰਨਿਆ ਜਾਂਦਾ ਹੈ ਇਹ ਦੇਖੋ ਸੱਤ ਨੂੰ ਪਾਕਿਸਤਾਨ ਦਾ ਕਾਫੀ ਏਰੀਆ ਹਿਮਾਚਲ ਦਾ ਏਰੀਆ ਹੈ ਪਰantu 8 ਨੂੰ ਜਿਹੜਾ ਹੈਗਾ ਇਹ ਗੰਗਾ ਨਗਰ ਤੋਂ ਲੈ ਕੇ ਸਰਸਾ ਸਾਰੀ ਤਦ ਅਨੁਸਾਰ ਏਰੀਆ ਕਵਰ ਕਰਦੀ ਹੋਈ ਇਹ ਦਿਖਾ ਰਿਹਾ ਹੈ 10 ਤਰੀਕ ਨੂੰ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਕਵਰ ਕਰਦਾ ਦਿਖਾਇਆ ਗਿਆ ਹੈ ਇੱਕ ਮਾਡਲ ਹੋਰ ਹੈ ਭਾਰਤੀ ਮੌਸਮ ਭਾਗ ਦਾ ਇਹ ਜਿਹੜਾ ਦੂਸਰਾ ਮਾਡਲ ਹੈ ਇਹ ਪਹਿਲੇ ਮਾਡਲ ਦੇ ਨਾਲੋਂ ਜ਼ਿਆਦਾ ਏਰੀਆ ਚ ਵਰਕਾ ਦਿਖਾ ਰਿਹਾ ਹੈ ਇਸ ਦੇ ਅਨੁਸਾਰ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਮੇਰੇ ਖਿਆਲ ਚ 6 ਤਰੀਕ ਦਾ ਮਾਡਲ ਹੈ 6 ਜਾਂ 7 ਰੱਖ ਕੇ ਉੱਪਰ ਨੂੰ ਲੈ ਕੇ ਦੇਖੋ ਸਾਰੇ ਏਰੀਆ ਦੇ ਵਿੱਚ ਇਹਨੇ ਦਿਖਾਇਆ ਕਿ ਜਿਹੜੀ ਵਰਖਾ ਇਹ ਕਵਰ ਕਰ ਰਹੀ ਹੈ ਜਿਆਦਾ ਏਰੀਆ ਵਰਖਾ ਕਵਰ ਕਰ ਰਹੀ ਹੈ ਤਾਂ ਇਹ ਨੈਕਸਟ ਡੇ ਦੇਖੋ ਇਹ ਕਰਨਾਲ ਤੋਂ ਹੁੰਦੀ ਹੋਈ ਫਰੋਜਪੁਰ ਤੋਂ ਹੁੰਦੀ ਹੋਈ ਕਰਨਾਲ ਬਰੇਲੀ ਤੱਕ ਸਿੱਧੀ ਪੱਟੀ ਜਾਂਦੀ ਹੈ ਜਿਹਦੇ ਵਿੱਚ ਅਲੱਗ-ਅਲੱਗ ਟੁਕੜਿਆਂ ਦੇ ਵਿੱਚ ਇਹਨਾਂ ਨੇ ਵਰਖਾ ਹੁੰਦੀ ਦਿਖਾਈ ਹੈ ਜਿਵੇਂ ਤੁਸੀਂ 6 7 8 9 ਦੇ ਵਿੱਚ ਵਾਧਦੇ ਹੋ ਤਾਂ ਇਹ ਜਿਹੜੀ ਵਰਖਾ ਹੈਗੀ ਹਰਿਆਣੇ ਦਾ ਕੁਝ ਏਰੀਆ ਵੀ ਕਵਰ ਕਰਦੀ ਹੈ ਸਮਝ ਗਏ ਤਾਂ ਦੋ ਮਾਡਲ ਇਸ ਤੋਂ ਬਲਾਵਾ ਇੱਕ ਪ੍ਰਾਈਵੇਟ ਵਰਲਡ ਵੈਦਰ ਆਨਲਾਈਨ ਨੂੰ ਮੈਂ ਦੇਖ ਰਿਹਾ ਹਾਂ ਉਹ ਵੀ ਜਿਹੜਾ 8 ਤਰੀਕ ਨੂੰ ਕੁਝ ਏਰੀਆ ਦੇ ਵਿੱਚ ਪੈਚੀ ਰੇਨ ਦਿਖਾ ਰਿਹਾ ਕਿ ਟੁਕੜਿਆਂ ਦੇ ਵਿੱਚ ਵਰਖਾ ਹੋਏਗੀ ਆਪਾਂ ਆਮ ਤੌਰ ਤੇ ਆਹ ਦੇਖਦੇ ਹੁੰਨੇ ਆ ਇਹ ਵਿੰਡੀ ਐਪ ਦਾ ਤਾਂ ਇਹਦੇ ਵਿੱਚ ਵੀ ਆਪਾਂ ਜੇ ਦੇਖਦੇ ਆ ਇੱਕ ਪ੍ਰਾਈਵੇਟ ਐਪ ਹੈ ਤਾਂ ਇਹ ਵੀ ਦਿਖਾ ਰਹੀ ਹੈ ਕਿ ਵੀ ਇਸ ਸਮੇਂ ਦੇ ਦੌਰਾਨ ਕੁਝ ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਠੀਕ ਹੈ ਇਹ ਥੱਲੇ ਜਿਵੇਂ ਸ਼ਨੀਵਾਰ ਦੀ ਗੱਲ ਹੋ ਰਹੀ ਹੈ ਹੇਠਲੇ ਪਾਸੇ ਚੱਲ ਰਿਹਾ ਹੈ ਨੀਲੇ ਰੰਗ ਦਾ ਮਤਲਬ ਕਿ ਮੀਂਹ ਪੈ ਸਕਦਾ ਹੈ ਤਾਂ ਇਹ ਵੀ ਤੁਹਾਨੂੰ ਦਿਖਾਉਂਦਾ ਹੈ ਕਿ 7 8 9 ਦੇ ਦਰਮਿਆਨ ਕੁਝ ਏਰੀਆ ਚ ਵਰਖਾ ਹੋ ਸਕਦੀ ਹੈ ਤਾਂ ਕੁੱਲ ਮਿਲਾ ਕੇ ਫਿਰ ਇੱਕ ਗੱਲ ਕਲੀਅਰ ਹੈ ਕਿ ਵਰਖਾ ਦੀ ਸੰਭਾਵਨਾ ਤਾਂ ਹੈਗੀ ਹੈ 8 ਤਰੀਕ ਮੁੱਖ ਵਰਖਾ ਦਾ ਦਿਨ ਹੋ ਸਕਦਾ ਹੈ ਪਰੰਤੂ ਵਰਖਾ ਹੋਏਗੀ ਟੁਕੜਿਆਂ ਦੇ ਵਿੱਚ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਫਲਾਨੀ ਜਗ੍ਹਾ ਤੇ ਵਰਖਾ ਹੋਏਗੀ ਬਾਕੀ ਜਿਵੇਂ ਭਾਰਤੀ ਮੌਸਮਿਕ ਪਾਗੇਰੇ ਬਾਰੇ ਜ਼ਿਆਦਾ ਜਾਣਕਾਰੀ ਜੇ ਸ਼ੇਅਰ ਕਰਦੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਹਾਂ ਟੁਕੜਿਆਂ ਦੇ ਵਿੱਚ ਵਰਖਾ ਹੋ ਸਕਦੀ ਹੈ ਤੇ ਉਹਦੇ ਵਿੱਚ ਹੋਏਗਾ ਕਿ ਕਨਾਲ ਦਾ ਪਿੰਡ ਬਚ ਗਿਆ ਇੱਕ ਏਰੀਆ ਚ ਹੋ ਗਈ ਫਿਰ ਬਚ ਗਿਆ ਫਿਰ ਵਰਖਾ ਹੋ ਗਈ ਇਸ ਤਰੀਕੇ ਦੀ ਵਰਖਾ ਹੋਏਗੀ ਹਾਂ ਇਹ ਕਲੀਅਰ ਹੈ ਕਿ ਸਿਸਟਮ ਜਿਹੜਾ ਮਜ਼ਬੂਤ ਹੈ ਵਰਖਾ ਕੁਝ ਇਲਾਕੇ ਦੇ ਵਿੱਚ ਇਹ ਕਰੇਗਾ ਕਰੇਗਾ ਜਿਸ ਤਰ੍ਹਾਂ ਦਿਖਾ ਰਿਹਾ ਦੇਖੋ ਕਿੱਥੇ ਬੁੱਧਵਾਰ ਨੂੰ ਵਰਖਾ ਦਿਖਾ ਰਿਹਾ ਹੈ ਇਸੇ ਤਰੀਕੇ ਨਾਲ ਫਿਰ ਅੱਗੇ ਵਰਖਾ ਵਾਧੇ ਦਿਖਾ ਰਿਹਾ ਹੈ ਤਾਂ ਪਰੰਤੂ ਇੱਕ ਚੀਜ਼ ਹੋਰ ਹੈ ਮੇਰੇ ਸਾਹਮਣੇ ਕੁਦਰਤ ਇੱਕ ਵੀਡੀਓ ਆ ਗਈ ਮੈਂ ਦੇਖਿਆ ਕਿ ਉਹ ਦਿਖਾ ਰਿਹਾ ਹੈ ਕਿ ਭਾਰੀ ਵਰਖਾ ਦੀ ਵਾਰਨਿੰਗ ਮੇਰੇ ਖਿਆਲ ਚ ਉਸ ਵੀਰ ਨੇ ਗਲਤੀ ਕਰ ਲਈ ਕਿ ਜਿਹੜੀ ਭਾਰਤੀ ਮੌਸਮ ਭਾਗ ਦੀ ਵੈਦਰ ਵਾਰਨਿੰਗ ਉਹ ਜਾਰੀ ਹੋਈ ਹੈ ਉਹ ਅਕਤੂਬਰ ਦੀ ਹੈ ਡੇਟ ਪੜਨੀ ਉਹ ਭੁੱਲ ਗਿਆ ਕਿਉਂਕਿ 8 9 10 ਤਰੀਕ ਉਹ ਹੀ ਬਣਦੀ ਪਈ ਹੈ ਤਾਂ ਉਹਦੇ ਕਰਕੇ ਇਹ ਜਿਹੜੀ ਹੈਗੀ ਹੈ ਇਹ ਨਾ ਸਮਝਿਆ ਜਾਵੇ ਜਿਵੇਂ ਕਿ ਆ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਹੋ ਰਹੀ ਹੈ ਵਾਰਨਿੰਗ ਇਹ ਅੱਗੇ ਆਏਗੀ ਹੁਣ ਤਾ ਇਹ وارਨਿੰਗ ਜੋ ਹੈ ਇਹ ਪਿਛਲੇ ਮਹੀਨੇ ਦੀ ਸੀਗੀ ਇਸ ਸਮੇਂ ਭਾਰੀ ਵਰਖਾ ਦੀ ਕੋਈ ਸੰਭਾਵਨਾ ਨਹੀਂ ਹਲਕੀ ਤੋਂ ਦਰਮਿਆਨੀ ਵਰਖਾ ਕੁਝ ਏਰੀਆ ਚ ਹੋ ਸਕਦੀ ਹੈ 8 ਤਰੀਕ ਨੂੰ ਦਾ ਮੁੱਖ ਦਿਨ ਹੋ ਸਕਦਾ ਹੈ ਠੀਕ ਹੈ ਜੀ ਇਹ ਸੀ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜਾਣਕਾਰੀ ਇਹਦੇ ਵਿੱਚ ਕੋਈ ਬਦਲਾ ਆਉਂਦਾ ਜਾਂ ਹੁਣ ਆਪਣੇ ਕੋਲ ਡਿਟੇਲ ਆਊਗੀ ਵੀ ਕਿਹੜੇ ਜ਼ਿਲ੍ਹੇ ਚ ਕਿੰਨੀ ਵਰਖਾ ਹੋ ਸਕਦੀ ਹੈ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਮੇਰੇ ਵੱਲੋਂ ਕੀਤੀ ਜਾਏਗੀ